ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀ ਵੀ ਅਤੇ ਮੈਂ ਤੁਹਾਡਾ ਆਪਣਾ ਸਾਹਿਲ ਮਹਿਰਾ। ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਕਿ ਇੱਕ ਇਤਿਹਾਸਿਕ ਜਗ੍ਹਾ ਜੋ ਕਿ ਢਿੱਲਾ ਸ਼ਾਹੀ ਬਾਬਾ ਸ਼ੇਖ ਫਰੀਦ ਜੀ ਦੀ ਜੋ ਕਿ ਪ੍ਰਸ਼ਾਸਨ ਦੇ ਵੱਲੋਂ ਬਿਨਾਂ ਸੂਚਿਤ ਕੀਤਾ ਹੋਇਆ ਰਾਤ ਨੂੰ ਕਹਿੰਦੇ ਦੱਸਿਆ ਜਾ ਰਿਹਾ ਕਿ 2:30 ਵਜੇ ਦੇ ਵਿੱਚ ਇਸ ਇਲਾਕੇ ਨੂੰ ਪਹਿਲਾਂ ਸੀਲ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਜੋ ਕਿ ਇਤਿਹਾਸਿਕ ਜਗ੍ਹਾ ਸੀਗੀ ਢਿੱਲਾ ਸ਼ਾਹੀ ਬਾਬਾ ਸ਼ੇਖ ਫਰੀਦ ਜੀ ਦੀ, ਜੋ ਕਿ ਇੱਥੇ ਉਹ ਪ੍ਰਸ਼ਾਸਨ ਵੱਲੋਂ ਬਿਨਾਂ ਦੱਸਿਆ ਗਿਆ ਜੋ ਕਿ ਢਾ ਦਿੱਤੀ ਗਈ ਹੈ। ਪਰ ਇੱਥੇ ਦੇ ਲੋਕਾਂ ਦਾ ਦੇਖੋ ਕਿੰਨਾ ਇਕੱਠ ਸ਼ੁਰੂ ਹੋਣਾ ਹੋ ਚੁੱਕਿਆ, ਅੱਜ ਐਤਵਾਰ ਕਰਕੇ ਕੋਈ ਲੋਕਾਂ ਨੂੰ ਹਜੇ ਤੱਕ ਕੁਛ ਪਤਾ ਨਹੀਂ ਲੱਗ ਰਿਹਾ ਹੈਗਾ ਕੀ ਹੋਇਆ ਕਿਸ ਤਰ੍ਹਾਂ ਹੋਇਆ। ਬਾਕੀ ਇੱਥੇ ਜਿਹੜੇ ਲੋਕ ਹੈਗੇ ਮੇਰੇ ਨਾਲ ਗੱਲਬਾਤ ਕਰਦਾ ਵਾ, ਮਾਤਾ ਜੀ ਖੜ੍ਹੇ ਨੇ ਅਤੇ ਇਹਨਾਂ ਨਾਲ ਗੱਲਬਾਤ ਕਰਦਾ ਉਹ ਕੀ ਕਹਿਣਾ ਚਾਹੁੰਦੇ ਆ? ਹਾਂਜੀ, ਇੱਥੇ ਬਹੁਤ ਮਾੜਾ ਕੀਤਾ, ਮੁੱਦਤ ਤੋਂ ਜਗ੍ਹਾ ਬਣੀ ਹੋਈ ਹੈ, ਆਪੀ ਬਾਬਾ ਜੀ ਨੇ ਦੇਖਣਾ ਜਿਹਨੇ ਵੀ ਇਹ ਕੰਮ ਕੀਤਾ, ਬਹੁਤ ਮਾੜਾ ਹੋਇਆ। ਸਭ ਦੁਨੀਆ ਦੀ ਨੇਚਰ ਦੇ ਨਾਲ ਆਉਂਦੇ ਸੀ, ਉਹ ਦੇਖ ਲਓ ਹੁਣ ਬਿਲਕੁਲ ਹੀ ਸਾਫ਼ ਹੀ ਕਰ ਦਿੱਤਾ। ਕਿੰਨੇ ਸਾਲ ਹੋ ਗਏ ਸੀ ਜਗ੍ਹਾ ਬਣੀ ਨੂੰ? ਮੁੱਦਤ ਹੀ ਹੋ ਗਈ ਆ, ਕਾਫੀ ਸਾਲ ਹੋ ਗਏ। ਨਾਲੇ ਕਹਿੰਦੇ ਇਹ ਜਗ੍ਹਾ ਤੇ ਮਾਨਤਾ ਜੋ ਮੰਗ ਰਹੇ ਸੀ ਮਨੋਕਾਮਨਾ ਪੂਰੀਆਂ ਹੁੰਦੀਆਂ? ਹਾਂਜੀ, ਸਭ ਮਨੋਕਾਮਨਾ ਪੂਰੀ ਹੁੰਦੀ। ਹਾਂਜੀ ਹਾਂਜੀ, ਆ ਮੇਰੇ ਦੇਖ ਲਓ ਇੱਥੋਂ ਦਰਦ ਸ਼ੁਰੂ ਹੋਈ ਸੀ, ਮੈਂ ਇੱਕ ਦਿਨ ਹੀ ਆ ਕੇ ਮੱਥਾ ਟੇਕਿਆ ਤੇ ਦੂਜੇ ਦਿਨ ਮੇਰੇ ਦਰਦ ਐਨ ਬਿਲਕੁਲ ਸਹੀ ਹੋ ਗਈ। ਤੇ ਦੇਖੋ ਜੀ, ਇੱਥੇ ਮਾਤਾ ਨੇ ਵਿਸ਼ਵਾਸ ਸੀ ਕਿ ਮੇਰੇ ਦਰਦ ਹੁੰਦੀ ਸੀ, ਪਰ ਕਹਿੰਦੇ ਮਤਲਬ ਕਿ ਇੱਕ ਇਤਿਹਾਸਿਕ ਜਗ੍ਹਾ ਜੋ ਕਿ ਇੱਕ ਬਹੁਤ ਵੱਡਾ ਸਰਕਾਰ ਵੱਲੋਂ ਕੀਤਾ ਗਿਆ ਵਾ ਤੇ ਇੱਕ ਬਹੁਤ ਅਣਹੋਣੀ ਘਟਨਾ ਜਿਹਨੂੰ ਕਹਿ ਸਕਦੀ ਇਤਿਹਾਸਿਕ ਜਗ੍ਹਾ ਨੂੰ ਢਿੱਲਾ ਸ਼ਾਹੀ ਬਾਬਾ ਸ਼ੇਖ ਫਰੀਦ ਜੀ ਨੂੰ ਜੋ ਕਿ ਇੱਥੋਂ ਰਾਤ ਰਾਤ ਮਤਲਬ ਕਿ ਤੋੜ ਦਿੱਤੀ ਗਈ ਹੈ ਜਗ੍ਹਾ, ਅਤੇ ਇਹ ਸਰਕਾਰਾਂ ਦਾ ਜੋ ਕਿ ਨਾਕਾਮੀ ਕਹਿ ਸਕਦੇ ਜੋ ਕਿ ਇੱਕ ਇਤਿਹਾਸਿਕ ਜਗ੍ਹਾ ਨੂੰ ਐਡਾ ਵੱਡਾ ਇਲਜ਼ਾਮ ਦੇ ਰਹੀਆਂ ਵਾ। ਅਤੇ ਇੱਥੇ ਆਪਣੇ ਵੀਰ ਖੜ੍ਹੇ ਦੇ ਗੱਲ ਕਰ ਰਹੇ ਨੇ, ਹਾਂਜੀ ਸਾਰਾ ਦਾ ਮੇਲਾ ਵੀ ਲੱਗਦਾ ਸੀਗਾ। ਕੀ ਨਾਮ ਹੈ ਜੀ? ਮੇਰਾ ਨਾਮ ਜੱਗੀ। ਕਾਫੀ ਸਾਰਾ ਦਾ ਮੇਲਾ ਵੀ ਲੱਗਦਾ ਸੀ ਇੱਥੇ, ਅਤੇ ਜਿਹੜੀ ਜਗ੍ਹਾ ਨਾ ਜੋ ਵੀ ਇੱਥੇ ਮੰਗਦੇ ਸੀ ਸਭ ਪੂਰੀ ਹੁੰਦੀ ਸੀਗੀ। ਅਤੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ? ਹਰ ਵੀਰਵਾਰ ਇੱਥੇ ਆਉਂਦੇ ਸੀ ਨਾ, ਹਰ ਵੀਰਵਾਰ ਇੱਥੇ ਇਕੱਠ ਹੁੰਦਾ ਸੀਗਾ। ਅਤੇ ਇੱਥੇ ਬਾਰੇ ਬਾਬਾ ਜੀ ਨੂੰ ਪਤਾ ਲੱਗਿਆ ਜਿਹੜੇ ਇੱਥੇ ਨਰਿੰਦਰਪਾਲ ਬਾਬਾ ਜੀ? ਨਹੀਂ, ਬਾਬਾ ਜੀ ਨੂੰ ਰਾਤ ਨੂੰ 1 ਵਜੇ ਪਤਾ ਲੱਗਿਆ ਵਾ। ਅਤੇ ਉਹ ਆਏ ਸੀ ਰਾਤ ਉੱਥੇ? ਉੱਥੋਂ ਹੀ ਲੈ ਗਏ ਨੇ। ਹਾਂਜੀ, ਉੱਥੋਂ ਹੀ ਲੈ ਗਏ ਨੇ, ਬੰਟੀ ਭਾਅ ਜੀ ਆਏ ਸੀਗੇ। ਅੱਛਾ ਜੀ, ਉੱਥੋਂ ਹੀ ਲੈ ਗਏ ਨੇ। ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ? ਬਾਕੀ ਜਿਹੜੇ ਸੇਵਾਦਾਰ ਸੀਗੇ ਉਹ ਸੇਵਾਦਾਰਾਂ ਨੂੰ ਵੀ ਨਾਲ ਲੈ ਗਏ ਨੇ। ਕੌਣ ਲੈ ਕੇ ਗਏ ਨੇ? ਬਾਹਰਲੀ ਪੁਲਿਸ ਚੰਡੀਗੜ੍ਹ ਤੋਂ ਆਏ ਸੀ। ਅੱਛਾ, ਉਹ ਪੁਲਿਸ ਚੱਕ ਕੇ ਲੈ ਕੇ ਜਾਂਦਾ ਜੀ? ਠੀਕ ਹੈ ਜੀ। ਅਤੇ ਇੱਥੇ ਦੇ ਕੋਈ ਮਤਲਬ ਕਿ ਕੋਈ ਉੱਚੇ ਅਧਿਕਾਰੀ ਵੀ ਇੱਥੇ ਪਹੁੰਚੇ ਸੀ ਰਾਤ? ਕੋਈ ਨਹੀਂ ਸੀਗਾ। ਕਿੰਨੇ ਟਾਈਮ ਸੀਗਾ ਵੈਸੇ? ਰਾਤੀ 1:30 ਦਾ ਟਾਈਮ ਸੀਗਾ। 1:30 ਵਜੇ? ਹਾਂਜੀ। ਅਤੇ ਦੇਖੋ ਜੀ, ਦੱਸਿਆ ਜਾ ਰਿਹਾ ਕਿ ਜੋ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਜੋ ਕਿ ਇੱਥੇ ਬਾਬਾ ਜੀ ਜਿਹੜੇ ਜਗ੍ਹਾ ਸੀ ਜੋ ਨਰਿੰਦਰਪਾਲ ਜੀ ਰਾਤ ਪੁਲਿਸ ਉਹਨਾਂ ਨੂੰ ਵੀ ਲੈ ਕੇ ਗਈ ਆ, ਬਾਕੀ ਹਲੇ ਪੱਕਾ ਨਹੀਂ ਪਤਾ ਕਿ ਸਾਨੂੰ ਵੀ ਨਹੀਂ ਹਲੇ ਪਤਾ ਕਿ ਲੈ ਕੇ ਗਈ ਹੈ ਜਾਂ ਨਹੀਂ ਲੈ ਗਈ। ਪਰ ਦੇਖੋ ਲੋਕਾਂ ਦਾ ਇਕੱਠ ਜੋ ਕਿ ਹੋਣਾ ਸ਼ੁਰੂ ਹੋ ਗਿਆ, ਮੈਂ ਕੈਮਰਾਮੈਨ ਨੂੰ ਕਹੂੰਗਾ ਮਾੜਾ ਜਿਹਾ ਇੱਥੇ ਵੀਡੀਓ ਦਿਖਾਓ ਕਿ ਲੋਕ ਜੋ ਕਿ ਆਉਣੇ ਸ਼ੁਰੂ ਹੋ ਚੁੱਕੇ ਨੇ। ਅਤੇ ਇੱਥੇ ਵੈਸੇ ਜੋ ਕਿ ਇਤਿਹਾਸਿਕ ਜਗ੍ਹਾ ਸੀ ਜੋ ਕਿ ਇੱਥੇ ਬਾਬਾ ਜੀ ਦੀ ਉਸ ਨੂੰ ਤੋੜ ਦਿੱਤਾ ਗਿਆ ਵਾ, ਇੱਕ ਬਹੁਤ ਮਾੜੀ ਘਟਨਾ ਅਣਹੋਣੀ ਘਟਨਾ ਹੈ ਜੋ ਕਿ ਅਸੀਂ ਇੱਥੇ ਮੌਕੇ 'ਤੇ ਆ ਕੇ ਚੈੱਕ ਕਰ ਰਹੇ। ਅਤੇ ਵੀਰ ਇੱਥੋਂ ਕੀ ਨਾਮ ਤੁਹਾਡਾ? ਰਾਜੇਸ਼ ਕੁਮਾਰ। ਭਾਅ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜਗ੍ਹਾ ਬਾਰੇ? ਕੀ ਇਹ ਸਹੀ ਕੀਤਾ ਕਿ ਨਹੀਂ? ਗਲਤ ਕੀਤਾ, ਜੋ ਵੀ ਕੀਤਾ ਗਲਤ ਹੀ ਹੋਇਆ। ਕਿਸੇ ਵੀ ਇਤਿਹਾਸਿਕ ਜਗ੍ਹਾ ਨੂੰ ਕਿਉਂ ਛੇੜਖਾਨੀ ਕੀਤੀ? ਸਰਕਾਰਾਂ ਇਤਿਹਾਸਿਕ ਜਗ੍ਹਾ ਨੂੰ ਲੈ ਕੇ ਕਿਉਂ ਆਪਸ ਵਿੱਚ ਲੜਾ ਰਹੀਆਂ? ਹਾਂਜੀ ਹਾਂਜੀ ਹਾਂਜੀ, ਗਲਤ ਹੀ ਹੋਇਆ ਜੋ ਹੈ। ਇਹ ਕੋਈ ਲੜਾਈ ਦਾ ਸਾਧਨ ਹੈ ਜਿਹੜੇ ਇੱਕ ਦੂਜੇ ਨਾਲ ਲੜਾ ਰਹੇ? ਨਹੀਂ। ਅਤੇ ਦੇਖੋ ਜੀ, ਲੋਕਾਂ ਦਾ ਕਿਹਾ ਕਿ ਜੋ ਵੀ ਕੀਤਾ ਬਹੁਤ ਗਲਤ ਕੀਤਾ ਗਿਆ ਵਾ। ਅਤੇ ਬਾਕੀ ਉਹਨਾਂ ਅਸੀਂ ਇੱਥੇ ਜੋ ਕਿ ਬਾਬਾ ਜੀ ਅੱਗੇ ਬਾਕੀ ਦੇਖ ਰਹੇ ਹਾਂ ਕਿ ਉਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਜਾਂ ਨਹੀਂ ਕੀਤਾ, ਫਿਰ ਹੁਣ ਅਸੀਂ ਉਹਨਾਂ ਨਾਲ ਵੀ ਜਾ ਕੇ ਘਰ ਗੱਲ ਕਰਦੇ ਹਾਂ। ਅਤੇ ਜੋ ਨਸ਼ੀਨ ਬਾਬਾ ਜੋ ਨਰਿੰਦਰਪਾਲ ਬਾਬਾ ਜੀ ਇੱਥੇ ਪਹੁੰਚੇ ਮੈਂ ਉਹਨਾਂ ਦੇ ਤਰ੍ਹਾਂ 'ਚ, ਅਤੇ ਮੈਂ ਬਾਬਾ ਜੀ ਨਾਲ ਗੱਲ ਕਰਦਾ ਕਿਸ ਤਰ੍ਹਾਂ ਇਹ ਸਾਰਾ ਵਾਕਿਆ ਦੱਸੋ ਜੀ। ਇਹ ਜਗ੍ਹਾ ਜੀ ਢਿੱਲਾ ਬਾਬਾ ਸ਼ੇਖਪੁਰੀ ਸਮਾਧ ਤਕਰੀਬਨ 250 ਸਾਲ ਤੋਂ ਪੁਰਾਣੀ ਹੈ। 50 ਸਾਲ ਤੋਂ ਮੈਂ ਇੱਥੇ ਬਤੌਰ ਗੱਦੀ ਨਸ਼ੀਨ ਸੇਵਾ ਕਰਦਾ। ਇੱਥੇ ਹਰ ਸੰਗਤ ਆਉਂਦੀ ਹੈ ਬਾਹਰੋਂ, ਕੈਨੇਡਾ, ਅਮਰੀਕਾ, ਸਾਰਿਆਂ ਇੱਥੇ ਪਹੁੰਚਦੀਆਂ ਨੇ, ਸਾਰੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ। ਇਹ ਦਰਬਾਰ ਜਿਹੜਾ ਢਾਇਆ ਗਿਆ ਸਾਡਾ, ਸਾਡੀਆਂ ਭਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਸਾਡੇ ਸਾਡੀ ਕੋਈ ਜ਼ਿੰਦਗੀ ਨਹੀਂ ਰਹੀ। ਸਰਕਾਰ ਨੇ ਜਿਹੜੀ ਪ੍ਰਸ਼ਾਸਨ ਹੈ ਸਾਡੇ ਨਾਲ ਬਹੁਤ ਧੱਕਾ ਕੀਤਾ। ਇਹ ਧੱਕੇ ਦਾ ਪਤਾ ਜੋ ਮਾਲਕ ਕਰੂ, ਇਹਨਾਂ ਨੂੰ ਮਾਲਕ ਸਜ਼ਾ ਦੇਵੇ। ਜੇ 50 ਸਾਲ ਦੇ ਵਿੱਚ ਮੈਂ ਦਰਬਾਰ ਤੋਂ ਚਾਹਦਾ ਕਿ ਬੀਬੀ ਤਾਂ ਮੇਰਾ ਖਾਨਦਾਨ ਖਤਮ ਹੋ ਜਾਵੇ, ਨਹੀਂ ਜੀ ਇਹਨਾਂ ਨੇ ਮੇਰਾ ਦਰਬਾਰ ਢਾ ਉਹਨਾਂ ਦਾ ਖਾਨਦਾਨ ਖਤਮ ਹੋ ਜਾਵੇ। ਬਾਬਾ ਜੀ, ਆਪਣਾ ਕਿੰਨੇ ਵਜੇ ਟਾਈਮ ਸੀ ਰਾਜ? ਉਹ ਰਾਤ ਬਾਅਦ 12:30 ਵਜੇ ਇਹਨਾਂ ਨੇ ਆ ਕੇ ਸਾਰੇ ਚਾਰੇ ਪਾਸੇ ਨਾਕੇ ਮਹੱਲਿਆਂ ਦੇ ਵਿੱਚ ਨਾਕੇ ਬੰਦ ਕਰਕੇ। ਪਰ ਬਾਬਾ, ਸੁਣਿਆ ਜਾ ਰਿਹਾ, ਦੱਸਿਆ ਜਾ ਰਿਹਾ ਕਿ ਤੁਹਾਨੂੰ ਵੀ ਰਾਤ ਅਰੈਸਟ ਕੀਤਾ ਗਿਆ? ਰਾਤ ਮੈਨੂੰ 12:30 ਵਜੇ ਪੌਣੇ 1 ਵਜੇ ਘਰੋਂ ਬੁਲਾ ਕੇ ਮੈਨੂੰ ਫੜ ਕੇ ਉੱਥੇ ਥਾਣੇ ਲੈ ਗਏ ਨੇ। ਸਾਰੀ ਰਾਤ ਮੈਨੂੰ ਥਾਣੇ ਰੱਖਿਆ, ਸਵੇਰੇ 5:30 ਵੀ ਮੈਨੂੰ ਛੱਡਿਆ। ਤੁਹਾਡੇ ਹੋਰ ਵੀ ਸੀਗੇ ਜਿਹੜੇ ਹੋਰਾਂ ਲੋਕਾਂ ਨੂੰ ਫੜੇ? ਸੇਵਾਦਾਰੀ 'ਚ ਮੇਰੇ ਮੁੰਡੇ ਨੂੰ ਮੈਂ ਸਾਰਿਆਂ ਨੂੰ ਫੜ ਕੇ ਲੈ ਗਏ, ਜਿਹੜੇ ਸਾਡੇ ਦਾ ਜਿਹੜਾ ਰਸੂਖ ਹੋਇਆ ਸਾਨੂੰ ਪਤਾ ਸਾਡੇ ਕੀ ਹੋਇਆ। ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਮੌਤ ਸੀ, ਪਾਲਕ ਸਾਨੂੰ ਮੌਤ ਦਿੰਦਾ, ਸਾਨੂੰ ਉਹ ਬਰਦਾਸ਼ਤ ਕਰ ਲੈਂਦੇ। ਪ੍ਰਸ਼ਾਸਨ ਕਿਹੜੇ ਪ੍ਰਸ਼ਾਸਨ ਦਾ ਕੰਮ ਹੈ ਜੀ? ਸਾਰੇ ਪੜ੍ਹਾਈ ਵੇਲੇ ਨਾਲ ਕੇ ਨਾਲ ਪ੍ਰਸ਼ਾਸਨ ਨਾਲ ਕੇ ਪੁਲਿਸ 2500 ਬੰਦਾ ਪੁਲਿਸ ਅਸੀਂ
ਮੇਰੀ ਹਿੰਮਤ ਨਹੀਂ ਸੀ ਪੈਰੀ ਬਾਬਾ ਜੀ ਨਾਲ ਗੱਲ ਕਰਨੀ, ਪਰ ਮੇਰੀ ਮਜਬੂਰੀ ਸੀ ਕਿਉਂਕਿ ਮੈਂ ਕਰਨਾ ਚਾਹੁੰਦਾ ਜੀ ਦੁੱਖ ਸਾਂਝਾ ਕਰ ਰਿਹਾ ਬਾਬਾ ਜੀ ਨਾਲ। ਦੇਖੋ ਇੱਕ ਬਹੁਤ ਵੱਡੀ ਸਰਕਾਰ ਦੀ ਘਟਨਾ ਜੋ ਕਿ ਕਹਿੰਦੇ ਇੱਕ ਬੇਸ਼ਰਮ ਘਟਨਾ ਜੋ ਕਿ ਇੱਕ ਇਤਿਹਾਸਿਕ ਜਗ੍ਹਾ ਨੂੰ ਇੱਥੇ ਦੱਸਿਆ ਸੀ। ਅਸੀਂ ਮੈਂ ਬਾਹਰ ਇੱਥੇ ਗੱਲ ਕੀਤੀ ਸੀ, ਕਈਆਂ ਦੱਸਿਆ ਜੀ ਇੱਥੇ ਸਭ ਤੋਂ ਪਹਿਲਾਂ ਬਹੁਤ ਮੌਤਾਂ ਹੁੰਦੀਆਂ ਸੀ ਇਸ ਹਾਈਵੇ ਦੇ ਉੱਤੇ ਜਦੋਂ ਪੀਰ ਬਾਬਾ ਜੀ ਜਗ੍ਹਾ ਦੀ ਮੌਕੇ 'ਤੇ ਬਣੀ ਹੈ, ਪਰ ਮੁੜ ਕੇ ਅੱਜ ਤੱਕ ਕੋਈ ਹਾਦਸਾ ਨਹੀਂ। ਸਰਕਾਰ ਨੇ ਇੱਕ ਚੁਣੌਤੀ ਹੈ ਕਿ ਨਸ਼ਾ ਕਿਉਂ ਨਹੀਂ ਬੰਦ ਕੀਤਾ ਜਾ ਰਿਹਾ ਪੰਜਾਬ 'ਚ, ਜੋ ਕੰਮ ਜ਼ਰੂਰੀ ਕਰਨ ਵਾਲਾ ਕਿਉਂ ਨਹੀਂ ਕੀਤਾ ਜਾ ਰਿਹਾ, ਇਤਿਹਾਸਿਕ ਚੀਜ਼ਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਵਾ। ਅਤੇ ਹੁਣ ਅਸੀਂ ਆਪਣੇ ਚੈਨਲ ਵੱਲੋਂ ਜੋ ਕਿ ਅਮੇਜ਼ਿੰਗ ਚੈਨਲ ਜੋ ਕਿ ਸਾਡੇ ਬਾਹਰ ਬੈਠੇ ਪੰਜਾਬੀ ਜੋ ਕਿ USA 'ਚ ਬੈਠੇ ਅਮੈਰੀਕਾ ਦੇ ਵਿੱਚ ਬੈਠੇ ਪੰਜਾਬੀ, ਅਸੀਂ ਉਹਨਾਂ ਨੂੰ ਦਿਖਾਵਾਂਗੇ ਅਸੀਂ ਕੀ ਕਹਿਣਾ ਚਾਹੁੰਦੇ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਦੇਖੋ ਜੀ ਧਾਰਮਿਕ ਸਥਾਨ ਆ ਜੋ 250 ਸਾਲ ਪੁਰਾਣਾ ਸੀ, ਅੱਜ ਉਹ ਨਹੀਂ ਸੇਫ ਅਤੇ ਅਸੀਂ ਸਾਰੇ ਕਿਵੇਂ ਸੇਫ ਹਾਂ? ਇਹ ਸਰਕਾਰਾਂ ਦੀ ਦੇਖ ਰੇਖ ਦੇ ਵਿੱਚ ਹੋ ਰਿਹਾ, ਇਹ ਸਰਕਾਰਾਂ ਦੀ ਇਹ ਡਿਊਟੀ ਬਣਦੀ ਆ। ਜੋ ਨਸ਼ਾ ਵੇਚ ਰਹੀਆਂ ਨੇ, ਜੋ ਹੋਰ ਧੰਦੇ ਹੁੰਦੇ ਨੇ, ਉਹਨਾਂ ਵਿੱਚ ਸਰਕਾਰਾਂ ਦਾ ਬਿਲਕੁਲ ਧਿਆਨ ਨਹੀਂ। ਅੱਜ ਇੱਥੇ ਲੱਖਾਂ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਲੋਕਾਂ ਦੇ ਇੱਥੇ ਭਾਵਨਾਵਾਂ ਜੁੜੀਆਂ ਹੋਈਆਂ ਸੀ, ਲੇਕਿਨ ਉਸ ਦਰਬਾਰ ਨੂੰ ਢਾ ਕੇ ਇਹਨਾਂ ਨੇ ਸਾਰਿਆਂ ਦਾ ਤਬਾਹ ਕੀਤਾ। ਨਾ ਇਹੀ ਤਾਂ ਇਹੀ ਪਰਮਾਤਮਾ ਦੇ ਕੇ ਅਰਦਾਸ ਕਰਦੇ ਹਾਂ। ਬਾਬਾ ਜੀ ਵੱਲੋਂ ਇੱਥੇ ਕੁੜੀਆਂ ਦੇ ਵਿਆਹ ਵੀ ਕੀਤੇ ਜਾਂਦੇ ਹਨ? ਕੀਤੇ ਜਾਂਦੇ ਜੀ, ਉਹ ਵਿਆਹ ਕੀਤੇ ਗਏ, ਪਤਾ ਨਹੀਂ ਲੱਖਾਂ ਕੁੜੀਆਂ ਨੂੰ ਇੱਥੇ ਖਾਣਾ ਬਣਾਉਣਾ ਸਿਖਾਇਆ ਗਿਆ, ਸਿਲਾਈ ਬਣਾਉਣੀ ਸਿਖਾਈ ਗਈ, ਠੀਕ ਹੈ ਜੀ। ਹਜ਼ਾਰਾਂ ਔਰਤਾਂ ਨੇ ਜਿਨ੍ਹਾਂ ਨੂੰ ਇੱਥੇ ਜੀਣਾ ਵੀ ਸਿਖਾਇਆ ਜਾਂਦਾ ਹੈ, ਪਰ ਜੇ ਇੱਕ ਇਹੋ ਜਿਹਾ ਧਾਰਮਿਕ ਸਥਾਨ ਜਿੱਥੇ ਕਿ ਜਿਹਨਾਂ ਲੋਕਾਂ ਲੱਖਾਂ ਲੋਕਾਂ ਦੀਆਂ ਜੁੜੀਆਂ ਹੋਈਆਂ ਸੀ, ਅਸੀਂ ਕਹਿੰਦੇ ਹਾਂ ਜਿਹਨਾਂ ਨੇ ਕੀਤਾ ਨਾ ਤਾਂ ਬੇੜਾ ਗਰਕ ਹੋ ਜਾਇਆ ਸੀ ਉਹਨਾਂ ਵਾਸਤੇ ਬਿਲਕੁਲ। ਬਾਬਾ ਜੀ ਤੋਂ ਅਗਲਾ ਕਦਮ ਤੁਹਾਡਾ ਕੀ ਹੋਏਗਾ ਜੀ? ਇਸ ਤੋਂ ਬਾਅਦ ਤੁਹਾਡਾ ਕੀ ਕਦਮ ਹੋਗਾ? ਜਿਵੇਂ ਮੇਰੀ ਸੰਗਤ ਕਹੂਗੀ, ਜਿੰਨੇ ਮੇਰੇ ਦਰਬਾਰ ਦੇ ਸੇਵਾਦਾਰ ਕਹਿਣਗੇ, ਜਿਸ ਤਰ੍ਹਾਂ ਸਾਡੇ ਕਹਿਣਗੇ ਉਸੇ ਤਰ੍ਹਾਂ ਚੱਲੂਗਾ। ਮੇਰੀ ਜਿਹੜੀ ਜ਼ਿੰਦਗੀ ਖਤਮ ਹੋ ਚੁੱਕੀ ਆ, ਮੈਂ ਜੀਣ ਜੋਗਾ ਨਹੀਂ ਰਿਹਾ। ਮੈਨੂੰ ਉਸ ਮਾਲਕ ਨੇ ਜਿੰਨੇ ਸਾਹ ਦਿੱਤੇ ਮੇਰੇ ਸਾਹ ਨਾਲ ਲਏ, ਜਿਵੇਂ ਮੇਰੀ ਜ਼ਿੰਦਗੀ ਉਹ ਖਤਮ ਹੋ ਗਈ, ਮੈਂ ਮੇਰੀ ਭਾਵਨਾ ਖਤਮ ਹੋ ਗਈਆਂ, ਮੇਰੀ ਜੀਣ ਮਾਨ ਮੇਰਾ ਕੀ ਰਹਿ ਗਿਆ? ਇੱਕ ਇਮਾਨਦਾਰੀ ਦਾ ਸੌਦਾ, ਜਿਹੜੇ ਲੱਖਾਂ ਲੱਖਾਂ ਰੁਪਈਏ ਖਾ ਕੇ ਜਾਂ ਮੈਂ ਘੱਟੋ ਘੱਟ 5 ਕਰੋੜ ਦੀ ਜ਼ਿਆਦਾ ਮੈਂ ਹਾਲ ਬਣਾ ਕੇ ਤੇ ਲੋਕਾਂ ਦੇ ਗਰੀਬ ਕੁੜੀਆਂ ਦੇ ਵਿਆਹ ਇੱਥੇ ਕਰਦੇ ਆ, ਪੜ੍ਹਾਉਂਦੇ ਆ, ਸਿਲਾਈ ਸੈਂਟਰ ਬਿਊਟੀ ਵਾਲੇ, ਉਹਦਾ ਮੈਨੂੰ ਨਤੀਜਾ ਮਿਲਿਆ। ਬਾਬਾ ਜਿਹੜਾ ਉੱਥੇ ਸਰੂਪ ਸੀਗਾ ਮੌਕੇ ਬਾਬਾ ਜੀ ਦਾ, ਉਹ ਕਿੱਥੇ? ਅੱਛਾ ਜੀ, ਮੈਨੂੰ ਕਹਿੰਦਾ ਨਹੀਂ, ਮੈਂ ਤਾਂ ਉੱਥੇ ਥਾਣੇ ਬੈਠਾ ਸੀ, ਮੈਨੂੰ ਕੀ ਪਤਾ ਕਿੱਥੇ ਕੌਣ ਕੀ ਲੈ ਗਏ। ਅੰਦਰ ਉਸ ਅਲਮਾਰੀ ਦੇ ਵਿੱਚ ਪੈਸੇ ਵੀ ਪਏ ਸੀ, ਬਾਬੇ ਦੇ ਸੋਨੇ ਦਾ ਟਿੱਕਾ ਵੀ ਲਾਇਆ ਸੀ, ਚਾਂਦੀ ਦੇ ਛਤਰ ਲਾਏ ਹੋਏ ਸੀ, ਮੈਨੂੰ ਕੀ ਪਤਾ ਕਿੱਥੇ ਚਲੇ ਗਏ ਮੇਰੀ ਅਲਮਾਰੀ ਆ ਕਿੱਥੇ। ਦੇਖੋ ਜੀ ਇੱਕ ਬਹੁਤ ਜੋ ਕਿ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ, ਦੇਖੋ ਕਿੱਡੀ ਵੱਡੀ ਜੋ ਕਿ ਇਹਨਾਂ ਦੇ ਕੋਲ ਬੋਲਣ ਦੀ ਹਿੰਮਤ ਨਹੀਂ ਹੈ, ਪਰ ਫਿਰ ਵੀ ਜੋ ਕਿ ਸੰਗਤ ਦੇ ਸਹਿਯੋਗ ਦੇਖ ਸਕਦੇ ਤੁਸੀਂ, ਪਿੱਛੇ ਸੰਗਤ ਦਾ ਇਕੱਠ ਆਉਣਾ ਸ਼ੁਰੂ ਹੋ ਚੁੱਕਿਆ ਵਾ, ਜੋ ਕਿ ਇੱਕ ਬਹੁਤ ਵੱਡੀ ਇਤਿਹਾਸਿਕ ਜਗ੍ਹਾ ਨੂੰ ਛੇੜਛਾਣੀ ਕੀਤੀ ਜਾ ਰਹੀ ਹੈ। ਪਰ ਇਹੋ ਜਿਹੀ ਸਰਕਾਰਾਂ ਇਹੋ ਜਿਹੇ ਕੰਮ ਕਿਉਂ ਕਰਦੀਆਂ ਕਿ ਜੋ ਕਿ ਕਿਸੇ ਦੀ ਮਨ ਨੂੰ ਠੇਸ ਕੀਤੀ ਜਾਵੇ? ਤਾਂ ਉਹਨਾਂ ਅਸੀਂ ਆਪਣੇ ਚੈਨਲ ਵੱਲੋਂ ਜੋ ਕਿ ਅਮੇਜ਼ਿੰਗ ਚੈਨਲ ਵੱਲੋਂ ਸਾਡੇ ਅਮੈਰੀਕਾ 'ਚ ਬੈਠੇ ਜੋ ਪੰਜਾਬੀ ਅਸੀਂ ਦਿਖਾ ਰਹੇ ਹਾਂ ਕਿ ਸਾਡੇ ਪੰਜਾਬ ਦਾ ਕਿਹੋ ਜਿਹਾ ਕਿਹੋ ਰਾਹ ਤੁਰ ਪਿਆ, ਸਾਡਾ ਪੰਜਾਬ 'ਚ ਕਿਹੋ ਜਿਹੇ ਮਾਹੌਲ ਖਰਾਬ ਹੋ ਰਿਹਾ ਵਾ, ਅਤੇ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ TV, ਅਤੇ ਮੈਂ ਤੁਹਾਡਾ ਆਪਣਾ ਸਾਹਿਲ ਮਹਿਰਾ, ਧੰਨਵਾਦ ਜੀ, ਸ਼ੁਕਰੀਆ।